ਦਾ ਮੋਬਾਈਲ ਦੀ ਸੁਣ ਲੋ ਪ੍ਰਾਈਵੇਟ ਸੀ ਕੀ ਖਣੀ ਬੱਸ ਸਰਕਾਰੀ ਸੀ ਤੇ ਪਿੰਡ ਦੇ ਛੁਕੇ ਵਾਂਗੂ ਭਰੀ ਪਈ ਸਾਰੀ ਸੀ ਬੱਸ ਵਿੱਚ ਸਾਰਿਆਂ ਦੇ ਹੱਥ 'ਚ ਮੋਬਾਈਲ ਸੀ ਕਿਸੇ ਨੂੰ ਫੋਨ ਆਇਆ ਸੀ ਕਿਸੇ ਨੇ ਕੀਤਾ ਡਾਇਲ ਸੀ ਕੋਈ ਹੈੱਡਫੋਨ ਤੇ ਸੀ ਗਾਣੇ ਸੁਣੀ ਜਾ ਰਿਹਾ ਕੋਈ ਗੇਮ ਖੇਡ ਕੇ ਸੀ ਮਨ ਪਰਚਾਰਿਆ ਕੋਈ ਵਟਸਐਪ ਉੱਤੇ ਚੈਟ ਕਰੀ ਜਾਂਦਾ ਸੀ ਕੋਈ ਫੇਸਬੁੱਕ ਉੱਤੇ ਫੋਟੋ ਛੋਟੋ ਪਾਉਂਦਾ ਸੀ ਕਿੰਨੇ ਹੋ ਗਏ ਲਾਇਕ ਕਿੰਨੇ ਆ ਗਏ ਕਮੈਂਟ ਆ ਕੋਈ ਵੇਖੇ ਬੈਟਰੀ ਵੀ ਕਿੰਨੇ ਪਰਸੈਂਟ ਆ ਕੋਈ ਆਈਆਂ ਕਾਲਾਂ ਦੀ ਸੀ ਫੋਲਾਫਲੀ ਕਰਦਾ ਨੰਬਰ ਜ਼ਰੂਰੀ ਕੋਈ ਮੋਬਾਈਲ ਵਿੱਚ ਭਰਦਾ ਕੋਈ ਕਿਸੇ ਮੁੱਦੇ ਤੇ ਡਿਬੇਟ ਵੇਖੀ ਜਾਂਦਾ ਸੀ ਕੋਈ ਐਵੇਂ ਆਨਲਾਈਨ ਰੇਟ ਵੇਖੀ ਜਾਂਦਾ ਸੀ ਰੈਸਲਿੰਗ ਲਾ ਕੇ ਕੋਈ ਜ਼ੋਰ ਵੇਖੀ ਜਾਂਦਾ ਸੀ ਕੋਈ ਕਿਸੇ ਮੈਚ ਦਾ ਸਕੋਰ ਵੇਖੀ ਜਾਂਦਾ ਸੀ ਕੋਈ ਆਉਣ ਵਾਲੇ ਐਸਐਮਐਸ ਨੂੰ ਉਡੀਕਦਾ ਕੋਈ ਹਿਸਾਬ ਲਾਵੇ ਅਗਲੀ ਛੁੱਟੀ ਦੀ ਤਰੀਕ ਦਾ ਕੋਈ ਕੈਲਕੂਲੇਟਰ ਦੇ ਬਟਨ ਦਬਾਉਂਦਾ ਸੀ ਤੇ ਕਿੰਨੀ ਮਿਲੂ ਸੈਲਰੀ ਹਿਸਾਬ ਪਿਆ ਲਾਉਂਦਾ ਸੀ ਕੋਈ ਵਾਈਫਾਈ ਦੀ ਟਰਾਈ ਕਰੀ ਜਾਂਦਾ ਸੀ ਗੈਸ ਕਰ ਕਰ ਐਵੇਂ ਪਾਸਵਰਡ ਲਾਉਂਦਾ ਸੀ ਇੱਕ ਤਾਂ ਜਿਆਦਾ ਹੀ ਕਹਿਰ ਢਾਈ ਜਾਂਦਾ ਸੀ ਘੜੀ-ਮੂੜੀ ਬੈਟਰੀ ਨੂੰ ਕੱਢੀ ਪਾਈ ਜਾਂਦਾ ਇੱਕ ਤਾਂ ਜਿਆਦਾ ਹੀ ਕਹਿਰ ਢਾਈ ਜਾਂਦਾ ਸੀ ਘੜੀ-ਮੂੜੀ ਬੈਟਰੀ ਨੂੰ ਕੱਢੀ ਪਾਈ ਜਾਂਦਾ ਸੀ ਸਭ ਨੇ ਵਿਸਾਲੀ ਦੁਨੀਆ ਫੋਨ ਵਿੱਚ ਆਪ ਦੇ ਤੇ ਆਸੇ-ਪਾਸੇ ਬੈਠੇ ਸਾਰੇ ਏਲੀਅਨ ਪੰਜਾਬ ਦੇ ਜਦੋਂ ਬੰਦੇ ਦੀ ਦੁਨੀਆ ਮੋਬਾਈਲ 'ਚ ਵੱਸਦੀ ਆ ਤਾਂ ਫਿਰ ਬਾਹਰ ਵਾਲੇ ਵਿਚਾਰੇ ਏਲੀਅਨ ਹੀ ਹੋਏ ਸਭ ਨੇ ਵਿਸਾਲੀ ਦੁਨੀਆ ਫੋਨ ਵਿੱਚ ਆਪ ਦੇ ਆਸੇ ਪਾਸੇ ਬੈਠੇ ਸਾਰੇ ਏਲੀਅਨ ਜਾਪਦੇ ਫੋਨ ਵਿੱਚ ਗੁੰਮ ਹੋਈ ਦੁਨੀਆ ਵਿਚਾਰੀ ਆ ਨਿੱਕੇ ਜਿਹੇ ਬੱਚੇ ਵਿੱਚ ਡੁੱਬ ਚਲੀ ਸਾਰੀ ਆ ਇੱਕ ਥਾਂ ਡਰਾਈਵਰ ਨੇ ਬ੍ਰੇਕ ਜਰਾ ਲਾਈ ਆ ਮੱਠੀ ਮੱਠੀ ਆਵਾਜ਼ ਦਿੱਤੀ ਸਭ ਨੂੰ ਸੁਣਾਈ ਆ ਮੂਹਰੇ ਵਾਲੀ ਤਾਂ ਕੀ ਬੜੇ ਜ਼ੋਰ ਨਾਲ ਖੜਕਦੀ ਕੰਨਾਂ ਵਿੱਚ ਆਵਾਜ਼ ਆਈ ਇੱਕਦਮ ਕੜਕਦੀ ਕੰਨਾਂ ਵਿੱਚੋਂ ਸਾਰਿਆਂ ਨੇ ਟੂਟੀਆਂ ਉਤਾਰੀਆਂ ਡੌਰ ਪੌਰ ਹੋਈਆਂ ਸਭ ਵੇਂਦੀਆਂ ਸਵਾਰੀਆਂ ਕਲਪਿਆ ਕੰਡਕਟਰ ਕਹਿੰਦਾ ਮੈਂ ਤੁਹਾਨੂੰ ਆਣਾ ਆ ਉਹ ਸੁਣਦੇ ਕਿਉਂ ਨਹੀਂ ਮੈਂ ਕਦੋਂ ਦਾ ਪੌਂਕੀ ਜਾਣਾ ਆ ਉਹ ਪੜੇ ਲਿਖੇ ਨਿਊ ਟੈਕਨੋਲੋਜੀ ਦੇ ਪੁੱਤਰੋ ਮੈਂ ਫੇਰ ਮੋਗੇ ਮਰਨਾ ਮਹਾਲੀ ਵਾਲੇ ਉੱਤਰੋ